ਬਾਬਾ ਫਤਿਹ ਸਿੰਘ ਨਗਰ ਜੀ ਸਰਬੱਤ ਸਾਧ ਸੰਗਤ ਵੱਲੋਂ ਮਹਾਨ ਉਦਮ ਕਰਕੇ ਨਵੇਂ ਗੁਰੂ ਘਰ ਦੀ ਇਮਾਰਤ ਬਣਾਉਣ ਦਾ ਉਦਮ ਉਪਰਾਲਾ ਕੀਤਾ ਗਿਆ ਹੈ। ਜਿਸ ਤਰ੍ਹਾਂ ਵਾਹਿਗੁਰੂ ਨੇ ਆਪਣੇ ਦੀ ਕਿਰਪਾ ਕੀਤੀ, ਤੁਸੀਂ ਸਾਰੀਆਂ ਸੰਗਤਾਂ ਨੇ ਸ਼ਾਂਤੀ ਰੂਪ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਗੁਰਬਾਣੀ ਦੀਆਂ ਪੰਕਤੀਆਂ ਦਾ ਜਾਪ ਧਾਰਨਾ ਦੇ ਨਾਲ ਜਪਾਂ ਦਾ ਜਾਪ ਕੀਤਾ ਹੈ। ਇਹ ਸਮਾਂ ਆਪਣਾ ਗੁਰੂ ਲੇਖੇ ਵਿੱਚ ਲੱਗਣਾ ਕਦੀ ਵਿਰਥਾ ਨਹੀਂ ਜਾਣਾ। ਜਿਸ ਤਰ੍ਹਾਂ ਜਦੋਂ ਵੀ ਕੋਈ ਪਾਠ ਸ਼ੁਰੂ ਕਰਨਾ ਹੋਵੇ ਤਾਂ ਹਰ ਗੁਰੂ ਨਾਨਕ ਨੇ ਧਿਆਈ ਫਿਰ ਅੰਗ ਗੁਰਕੇ ਅਮਰਦਾਸ ਰਾਮਦਾਸ ਸਾਹਿਬ ਸਹਾਏ ਅਗਨਾਰ ਗੋਬਿੰਦ ਸਿੰਘ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਏ ਜੈ ਜਿੱਥੇ ਸਭ ਜਾਏ ਏਕ ਬਹਾਦਰ ਸ਼੍ਰੀ ਹੈ ਘਰ ਨਾਈ ਸੰਤਾਨ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਾਈ ਸਹਾਈ ਦਸਾਂ ਦੇ ਆਤਮਸੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀ ਦਾਲ ਅਤੇ ਧਿਆਨ ਕਰਕੇ ਬੋਲੋ ਜੀ ਪੰਜਾਬ ਦੇ ਆਦਿਆਂ ਚੌਹਰ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਬਹੁਤ ਸੁੱਖਾਂ ਸਿੱਖਾਂ ਜੁੱਤੀਆਂ ਪੱਤੀਆਂ ਦੇ ਨਾਲ ਨਾਮ ਦਿੱਤਿਆ ਵੰਡ ਕੇ ਛਕਿਆ ਦੇ ਚਲਾਈ ਦੇ ਗਵਾਹੀ ਦੇ ਕਿਰਟ ਕੀਤਾ ਆਪਣਾ ਪਿਆਰਿਆਂ ਸਖਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਾਵੇ ਸੀਰ ਦਿੱਤੇ ਰੰਗ ਬੰਦ ਕਟਾਏ ਪੁੱਠੀਆਂ ਕਲਾਂ ਲੁਹਾਈਆਂ ਚੜ੍ਹਦੀ ਕਲਾ ਨਾਮ ਤਨਾਮ ਚੜ੍ਹਦੀ ਕਲਾ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੀ ਹੈ ਉਸ ਕਿਰਤ ਵਿੱਚੋਂ ਕੁਝ ਹਿੱਸਾ ਕੱਢ ਕੇ ਗੁਰੂ ਲੇਖੇ ਵਿੱਚ ਲਾਉਣਾ ਹੈ ਅਤੇ ਇਹ ਜਿਹੜੀ ਸੇਵਾ ਕਦੇ ਵਿਅਰਥੀ ਨਹੀਂ ਜਾਣੀ ਭਾਵ ਲੱਗ ਜਾਂਦੇ ਹਨ ਭਾਵ ਕਿ ਇਹ ਸੇਵਾ ਜਿਹੜੀ ਇਹ ਵੱਧ ਜਾਣੀ ਹੈ ਘਰ ਵਿੱਚ ਬਰਕਤਾਂ ਪੈ ਜਾਣੀਆਂ ਹਨ ਇਸ ਵਾਸਤੇ ਸਾਰੀ ਸੰਗਤ ਨੂੰ ਬੇਨਤੀ